जी आर लाइव फाजिलका में आप सभी का स्वागत है। कमीशन मेंबर साडे अरुण मधुरा जी इन्हां दा बहुत बहुत धन्यवाद करते हैं जिन्हां ने मसला बनन तो पहला ही जड़ी आवाज जड़ी चक्की है। ते मैं एक बारी होर नारा लाऊंगा, बिक्री पत्रा तुम संघर्ष करो, हम तुम्हारे साथ है। ये नारा दूर दूर तक जाना चाहिए, बिक्री पत्रा तुम संघर्ष करो, हाथ ऊपर उठे नहीं। एक बार फिर चले चले हाथ उठा के दोनों ऐसा बोलना है, बिक्की पत्रा तुम संघर्ष करो, तुम्हारे साथ है। बिक्की जी तुसी देख लो किन्ने नौजवान साथी ते किन्ने साडे युवा ते बुजुर्ग साथी जड़े आ पहुंचे है। ते मैं सारे ही मीडिया साथियों का भी धन्यवाद करना चाहना जिन्होंने अज पंजाब लेवल ते पूरे इंडिया के जड़ी गल जड़ी है वो पहुंचाई। ते मैं बेनती करता बच्चा जी वालों सारे उन्होंने साथी जड़े आए हैं वो अपने कुर्सियों में बैठन, क्योंकि जरा इधर उधर जो नौजवान साथी ज्यादा खड़े हैं, हमें बकरा जी ने गल करनी है, साझी हो रही है। तो समाजिक मसला मसला है तो तुसी इस समाज का हिस्सा हो तो थानू मैं कहना पवे पिछो हाथ मार के जा बई तेरे नाल इन्नी गल है ना तू कर ते अपने आप ही जरा गल जी है उठनी चाहिए है। तो मैं बेनती करता कोई है जरा साथी अपने विचार पेश करना चाहता है। मैं जी विश्व हिंदू परिषद बजरंग दल तो एक छोटी जी जिम्मेवारी है मेरे को, अपना जी बजरंग दल की टीम है गौ रक्षा के उपर बहुत वड्डे लेवल के उपर अपने एरिए काम कर रही है। तो पिछले तीन महीनों के अंदर असी लगभग 300 तो ज्यादा गऊं जी है बूचड़खाने कट्टन वास्ते चलिया सी, उन्होंने असी बचा चुके हैं ते उन्हां नूं सुरक्षित जिहड़ी जिहड़ी भी नेड़े लगदी गऊशाला हुंदी है उत्थे पहुंचाया गया है साडी टीम दे कोलों। ते उहदे विच साडे नाल जिन्ने भी मन लो लोकल गौ सेवकां दा सहयोग रहिंदा है, प्रशासन दा भी असीं नाल लै के चलदे हां। ते इह जिहड़ा मन लो अज दे जिहड़े आपां टॉपिक वास्ते इकट्ठे होए हां तां इह इहदे नाल ही मिलिया होया है। मन लो जे अपनी बेसहारा जिहड़ी गौवंश हैगे है सड़कां ते इधर उधर घूम रहे है, ਉਹਨਾਂ ਦਾ ਜਦੋਂ ਤੱਕ ਪੱਕਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਗਊਆਂ ਵੀ ਕੱਟੀਆਂ ਜਾਣਗੀਆਂ ਤੇ ਐਵੇਂ ਬੰਦੇ ਵੀ ਫੜੇ ਜਾਣਗੇ। ਸੋ ਐਵੇਂ ਲਗਾ ਲਓ ਵੀ ਰੋਜ਼ ਦੋ ਤੋਂ ਤਿੰਨ ਗੱਡੀਆਂ ਗਊਆਂ ਕੱਟਣ ਵਾਸਤੇ ਜਾਂਦੀਆਂ, ਜਿਹਦੇ 'ਚ ਸਾਨੂੰ ਜਿਹੜੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਉਹਦੇ ਬਿਆਲ 'ਤੇ ਅਸੀਂ ਇੱਕ ਅੱਧੀ ਗੱਡੀ ਫੜ ਪਾਉਂਦੇ ਹਾਂ। ਫਿਰ ਵੀ ਲਗਭਗ ਦੋ ਤਿੰਨ ਗੱਡੀਆਂ ਰੋਜ਼ ਨਿਕਲਦੀਆਂ ਜੀ, ਜਿਹੜੀ ਜੰਮੂ ਯੂਪੀ ਜਾਂ ਉੱਥੇ ਗੁਰਦਾਸਪੁਰ ਹੋ ਕੇ ਸਿੱਧਾ ਜੰਮੂ ਜਾਂਦੀਆਂ ਕੱਟਣ ਵਾਸਤੇ। ਤਾਂ ਇਹ ਚੀਜ਼ ਨੂੰ ਆਪਾਂ ਅਗਰ ਮੰਨ ਲਓ ਜੇ ਗਊ ਮਾਤਾ ਨੂੰ ਬਚਾਉਣਾ ਹੈ ਜਾਂ ਕਿਸੇ ਵੀ ਜਾਨਵਰ ਮੰਨ ਲਓ ਗਊ ਦੇ ਵਿੱਚ ਗਊ ਮਾਤਾ ਹੋ ਗਈ ਜਾਂ ਹੋਰ ਵੀ ਜਾਨਵਰ ਹੈਗੇ ਆ ਜਿਹੜੇ ਉਹਦੇ ਵਿੱਚ ਉਹਨਾਂ ਨੂੰ ਆਪਾਂ ਬਚਾਉਣਾ ਚਾਹੁੰਦੇ ਹਾਂ ਤਾਂ ਇਹ ਜਿਹੜਾ ਇਹਨਾਂ ਦਾ ਪੱਕੇ ਤੌਰ 'ਤੇ ਹੱਲ ਹੋਣਾ ਜ਼ਰੂਰੀ ਹੈ। ਆਪਾਂ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਖਰੀਦਦੇ ਹਾਂ ਤਾਂ ਉਹਦੇ ਅੰਦਰ ਆਪਾਂ ਇੱਕ ਟੈਕਸ ਪੇ ਕਰਦੇ ਹਾਂ ਗੋ ਸੈਸ ਨਾਮ ਤੋਂ, ਠੀਕ ਹੈ ਜੀ। ਉਹ ਟੈਕਸ ਘੁੰਮ ਫਿਰ ਕੇ ਸਾਰਾ ਪ੍ਰਸ਼ਾਸਨ ਦੇ ਕੋਲ ਜਾਂਦਾ ਹੈ ਅਤੇ ਉਹ ਟੈਕਸ ਅਗਰ ਸਰਕਾਰ ਚਾਹੇ ਤਾਂ ਪੂਰਾ ਖਰਚਾ ਕਰੇ ਫਿਰ ਵੀ ਉਹਦੇ ਵਿੱਚੋਂ ਬਚਾ ਸਕਦੀ ਹੈ, ਪਰ ਉਹ ਪੂਰਾ ਟੈਕਸ ਨਹੀਂ ਲਗਾ ਰਹੀ, ਉਹ ਸਾਰਾ ਦਾ ਸਾਰਾ ਟੈਕਸ ਇਹਨਾਂ ਦੀ ਜੇਬਾਂ ਦੇ ਵਿੱਚ ਜਾ ਰਿਹਾ। ਅਗਰ ਆਪਾਂ ਆਰ ਟੀ ਆਈ ਲਾ ਕੇ ਕੱਢਿਆ ਜਾਵੇ, ਪਿਛਲੇ ਸਾਲ ਦਾ ਅਸੀਂ ਰਿਕਾਰਡ ਕੱਢਿਆ ਸੀ
ਆਰਟੀ ਲਾ ਕੇ ਜਿੰਨੇ ਸਰਕਾਰੀ ਡਿਪਾਰਟਮੈਂਟ ਹੈਗੇ ਆ 1500 ਕਰੋੜ ਰੁਪਏ ਦਾ ਬੋਨਸ ਇਕੱਠਾ ਹੋਇਆ ਸੀ ਜੀ ਇੱਕ ਸਾਲ ਦਾ, ਜਿੰਨੇ ਸਰਕਾਰੀ ਡਿਪਾਰਟਮੈਂਟ ਹੈਗੇ ਆ 1500 ਕਰੋੜ ਰੁਪਏ ਦਾ ਬੋਨਸ ਇਕੱਠਾ ਹੋਇਆ ਸੀ। ਤੋਂ ਦੇ ਹਜੇ ਵੀ ਸਾਡੇ ਕੋਲ ਆਰਟੀਆਂ ਦੀਆਂ ਦੀ ਰਿਪੋਰਟਾਂ ਪਈਆਂ। ਮੰਨ ਲਓ ਵੀ ਜੇ ਆ ਬੋਨਸ ਹੀ ਹੈਗਾ ਇਹਨੂੰ ਵੀ ਜੇ ਆਪਾਂ ਸਹੀ ਤਰੀਕੇ ਨਾਲ ਪ੍ਰਸ਼ਾਸਨ ਇਹਨੂੰ ਖਰਚਾ ਕਰੇ ਤਾਂ ਇੱਕ ਵੀ ਜਾਨਵਰ ਸੜਕ ਦੇ ਉੱਤੇ ਨਹੀਂ ਫਿਰੇਗਾ, ਇੱਕ ਵੀ ਜਾਨਵਰ ਨਹੀਂ ਸੜਕ ਦੇ ਉੱਤੇ ਘੁੰਮੇਗਾ। ਬਸ ਇਹੀ ਬੇਨਤੀ ਹੈ। ਮੰਨ ਲਓ ਅੱਜ ਜੇ ਆਪਣਾ ਪੂਰਾ ਸ਼ਹਿਰ ਫਾਜ਼ਿਲਕਾ ਇਕੱਠਾ ਹੋਇਆ, ਸਾਰੇ ਵੱਖ ਵੱਖ ਸੰਗਠਨਾਂ ਤੋਂ, ਵੱਖ ਵੱਖ ਰਾਜਨੀਤੀ ਪਾਰਟੀਆਂ ਤੋਂ ਜਿੰਨੇ ਵੀ ਵੀਰ ਨੌਜਵਾਨ ਬਜ਼ੁਰਗ ਇਕੱਠੇ ਹੋਏ ਹੈ, ਤਾਂ ਆਪਾਂ ਹੁਣ ਇਕੱਠੇ ਮਿਲ ਕੇ ਲੜਾਈ ਲੜਨੀ ਹੈ। ਆਪਾਂ ਇਹ ਨਹੀਂ ਦੇਖਣਾ ਵੀ ਕਿਹਦੇ ਬੈਨਰ ਦੇ ਥੱਲੇ ਕੰਮ ਹੋ ਰਿਹਾ, ਕਿਹਦਾ ਨਾਮ ਹੋ ਰਿਹਾ, ਕੁਛ ਹੋ ਰਿਹਾ, ਕੁਛ ਵੀ ਨਹੀਂ ਦੇਖਣਾ। ਆਪਾਂ ਇਸ ਚੀਜ਼ ਨੂੰ ਬਿਲਕੁਲ ਇਗਨੋਰ ਕਰਕੇ ਇਹ ਜੋ ਵੀ ਕੰਮ ਹੋ ਰਿਹਾ ਇਹਦਾ ਪੱਕਾ ਹੱਲ ਲੱਭਣਾ ਹੈ ਤੇ ਇਹਦਾ ਪੱਕਾ ਨਿਵਾਰਨ ਕਰਕੇ ਫਿਰ ਹੀ ਆਪਾਂ ਉੱਠਣਾ ਹੈ। ਇਹ ਲੜਾਈ ਆਪਣੀ ਹੁਣ ਸ਼ੁਰੂ ਹੋ ਚੁੱਕੀ ਹੈ।